ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਮਨਜੀਤ ਸਿੰਘ ਜੀ ਕੇ ਉਰਫ ਜੀਸੀ, ਜਿਸ ਨੂੰ ਮੈਂ ਗੋਲਕ ਚੋਰ ਵੀ ਕਹਿੰਦਾ ਹਾਂ, ਕਿਉਂਕਿ ਗੁਰੂ ਘਰ ਦੀ ਗੋਲਕ ਦੀ ਜਿਹੜੀ ਇੰਨੀ ਵੱਡੀ ਚੋਰੀ ਉਸਨੇ ਕੀਤੀ ਹੈ, ਇਸ ਨੂੰ ਮੈਂ ਭ੍ਰਿਸ਼ਟਾਚਾਰ ਹੁਣ ਘੱਟ ਅਤੇ ਗੁਰੂ ਦੀ ਗੋਲਕ ਦੀ ਚੋਰੀ ਜ਼ਿਆਦਾ ਕਹਿੰਦਾ ਹਾਂ, ਕਿਉਂਕਿ ਮੇਰੀ ਨਜ਼ਰ ਵਿੱਚ ਇਸ ਤੋਂ ਵੱਡਾ ਹੋਰ ਕੋਈ ਅਪਰਾਧ ਹੋ ਨਹੀਂ ਸਕਦਾ। ਭਾਵੇਂ ਉਹ ਅੱਜ ਆਪਣੇ ਅਪਰਾਧ 'ਤੇ ਪਰਦੇ ਪਾਉਣ ਲਈ ਜਿਹੜੀ ਮਰਜ਼ੀ ਗੱਲਾਂ ਕਰੇ, ਜਿਹਦੇ 'ਤੇ ਮਰਜ਼ੀ ਕਈ ਤਰ੍ਹਾਂ ਦੇ ਐਲੀਗੇਸ਼ਨ ਲਗਾਏ, ਲੇਕਿਨ ਇਸ ਗੱਲ ਦੀ ਜਵਾਬਦੇਹੀ ਤੋਂ ਬਚ ਨਹੀਂ ਸਕਦਾ ਕਿ ਜਿਨ੍ਹਾਂ ਲੋਕਾਂ 'ਤੇ ਉਹ ਇਲਜ਼ਾਮ ਲਗਾ ਰਿਹਾ, ਭਾਵੇਂ ਮੇਰੇ 'ਤੇ ਵੀ ਲਾਵੇ, 6 ਸਾਲਾਂ ਦੀ ਆਪਣੀ ਪ੍ਰਧਾਨਗੀ ਦੇ ਦੌਰਾਨ ਉਸਨੇ ਉਹਨਾਂ ਸਾਰੇ ਇਲਜ਼ਾਮਾਂ ਦਾ ਜਵਾਬ ਆਪਣੇ ਆਪ ਨੂੰ ਪੁੱਛ ਲੈਣੇ ਚਾਹੀਦੇ ਹਨ ਕਿ ਜਦੋਂ ਉਹ ਪ੍ਰਧਾਨ ਸੀ, ਅਗਰ ਕੋਈ ਕਰਪਸ਼ਨ ਹੋਈ ਸੀ, ਚਾਹੇ ਉਹ ਮੇਰੇ ਟਾਈਮ ਵਿੱਚ ਹੋਈ ਜਾਂ ਕਿਸੇ ਟਾਈਮ ਵਿੱਚ ਹੋਈ, ਤਾਂ ਉਸਨੇ ਉਸਦੀ ਇਨਕੁਆਇਰੀ ਕਿਉਂ ਨਹੀਂ ਕੀਤੀ, ਉਸਦੇ ਬਾਰੇ ਕਦੇ ਕਿਸੇ 'ਤੇ ਇਲਜ਼ਾਮ ਕਿਉਂ ਨਹੀਂ ਲਗਾਏ, ਜਦਕਿ ਉਸਦੀ ਨਜ਼ਰ ਦੇ ਵਿੱਚ ਪਹਿਲਾਂ ਹੀ ਇਹ ਕੇਸ ਪੁਰਾਣੀ ਕਮੇਟੀ ਦੇ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਵੱਲੋਂ ਕੋਰਟ ਤੋਂ ਡਿਸਮਿਸ ਹੋ ਚੁੱਕਾ ਸੀ, ਉਸਦੀ ਨੌਲੇਜ ਹੀ ਸੀ, ਫਿਰ ਵੀ ਉਸਨੂੰ ਲੱਗਦਾ ਸੀ ਅਤੇ ਉਸਨੂੰ ਜ਼ਰੂਰ ਉਸ ਬਾਰੇ ਕੋਈ ਇਨਕੁਆਇਰੀ ਕਰਨੀ ਚਾਹੀਦੀ ਸੀ। ਅੱਜ ਉਹ ਭਾਵੇਂ ਆਪਣੀ ਪਾਰਟੀ 'ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਵੇ ਕਿ ਗੁਰੂ ਦੀ ਗੋਲਕ ਦੀ ਦੁਰਵਰਤੋਂ ਵੀ ਹੋਈ, ਮੈਂ ਵਕਤ ਆਉਣ 'ਤੇ ਸਾਰਾ ਕੁਝ ਖੋਲ੍ਹਾਂਗਾ, ਵੀ ਕਿਹੜਾ ਵਕਤ ਆਉਣ 'ਤੇ, ਕਿਹੜਾ ਵਕਤ ਆਉਣ 'ਤੇ ਗੁਰੂ ਦੀ ਗੋਲਕ ਦੀ ਚੋਰੀ ਹੋ ਗਈ, ਐਡਾ ਵੱਡਾ ਮਤਲਬ ਗੁਰੂ ਘਰ ਦੀ ਗੋਲਕ ਦਾ ਕਾਂਡ ਹੋ ਗਿਆ, ਉਹਦੇ ਵਾਸਤੇ ਕੋਈ ਵਕਤ ਤਲਾਸ਼ ਰਿਹਾ ਜਦੋਂ ਕੋਈ ਤੁਹਾਨੂੰ ਸਿਆਸੀ ਲਾਹਾ ਮਿਲ ਸਕੇ? ਕਿਸ ਚੀਜ਼ ਦੇ ਵਕਤ ਦੇ ਇੰਤਜ਼ਾਰ 'ਚ ਹੈ? ਗੁਰੂ ਦੀ ਗੋਲਕ ਚੋਰੀ ਹੋਈ ਹੈ, ਸੰਗਤ ਸਾਹਮਣੇ ਗੱਲ ਆਉਣੀ ਚਾਹੀਦੀ ਹੈ। ਜੇ ਤੇਰੀ ਮਰਜ਼ੀ ਨਾਲ ਹੋਈ ਤਾਂ ਵੀ ਤੂੰ ਚੋਰ, ਜੇ ਤੂੰ ਖੁਦ ਕੀਤੀ ਤਾਂ ਤੂੰ ਆਲਰੇਡੀ ਚੋਰ। ਸਵਾਲ ਤਾਂ ਇਸ ਗੱਲ ਦਾ ਹੈ ਕਿ ਅੱਜ ਜਿਹੜੇ ਇਲਜ਼ਾਮ ਲੱਗ ਰਹੇ ਨੇ, 6 ਸਾਲ ਜਦੋਂ ਤੂੰ ਪ੍ਰਧਾਨਗੀ 'ਚ ਰਿਹਾ ਤਦ ਤੈਨੂੰ ਸਭ ਕੁਝ ਮਿੱਠਾ ਲੱਗ ਰਿਹਾ ਸੀ, ਅੱਜ ਤੈਨੂੰ ਸਾਰਾ ਫਿੱਕਾ ਖੱਟਾ ਲੱਗਣਾ ਸ਼ੁਰੂ ਹੋ ਗਿਆ, ਕਿਉਂਕਿ ਸੰਗਤ ਨੇ ਔਰ ਗੁਰੂ ਦੇ ਕਿਰਪਾ ਅਨੁਸਾਰ ਤੈਨੂੰ ਚੁੱਕ ਕੇ ਉਸ ਸੀਟ ਤੋਂ ਹਟਾ ਦਿੱਤਾ ਗਿਆ। ਵਜ੍ਹਾ ਕੁਛ ਵੀ ਬਣੀ, ਵਜ੍ਹਾ ਤੇਰੀ ਗੋਲਕ ਦੀ ਚੋਰੀ, ਭ੍ਰਿਸ਼ਟਾਚਾਰ, ਤੇਰੇ ਜਿਹੜੇ ਕਰਤੱਵ ਉਹ ਸਾਰੇ ਬਣੇ। ਸਵਾਲ ਅੱਜ ਇਸ ਗੱਲ ਦਾ ਕਿ ਮੈਂ ਆਪ ਸਾਹਿਬ ਨਾਲ ਹਮੇਸ਼ਾ ਸਭ ਕੁਝ ਸਾਂਝ ਪਾਉਂਦਾ ਰਿਹਾ, ਅਤੇ ਕੱਲ੍ਹ ਦਾਸ ਨੇ ਜੋ ਪਿਛਲੇ ਦਿਨਾਂ 16/5/2019 ਨੂੰ ਜੋ ਗੋਲਕ ਚੋਰੀ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ, ਉਸ ਕੇਸ ਮੁਤਲਕ ਜੋ ਫੈਸਲਾ ਆਇਆ ਸੀ, ਜਿਹੜੀ ਕਲੋਜ਼ਰ ਰਿਪੋਰਟ ਪੁਲਿਸ ਦੇ ਨਾਲ ਮਿਲੀ ਭਗਤ ਕਰਕੇ ਇਹਨਾਂ ਨੇ ਦਾਖਲ ਕੀਤੀ ਸੀ ਕਿ ਮਨਜੀਤ ਸਿੰਘ ਜੀ ਕੇ ਪਾਕ ਸਾਫ਼ ਹੈ, ਕਲੀਨ ਚਿੱਟ ਹੈ, ਫਟਾਫਟ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਸਾਰੀ ਦਿੱਲੀ ਦੇ ਵਿੱਚ ਪੋਸਟਰ ਵੀ ਲਵਾ ਦਿੱਤੇ, ਮੈਂ ਮਰਾਂ ਅਤੇ ਪੰਥ ਜੀਵੇ। ਬਈ ਮੈਂ ਹੁਣ ਕੀ ਕਹਾਂ, ਜੇ ਆਵਾ ਜੇ ਭ੍ਰਿਸ਼ਟਾਚਾਰੀ ਗੁਰੂ ਦੀ ਗੋਲਕ ਦੇ ਚੋਰ, ਉਹਨੂੰ ਮਰਨ ਜਾਂ ਨਾ ਮਰਨ, ਉਹਨੇ ਲਿਖਿਆ ਤਾਂ ਹੈ ਮੈਂ ਮਰਾਂ ਅਤੇ ਪੰਥ ਜੀਵੇ। ਜੇ ਉਹਨੂੰ ਲੱਗਦਾ ਹੈ ਕਿ ਮੈਂ ਗੁਰੂ ਦੀ ਗੋਲਕ ਚੋਰੀ ਕਰਕੇ ਵੀ ਕੋਈ ਚੰਗਾ ਕੰਮ ਕੀਤਾ, ਕੋਈ ਫੀਤੀਆਂ ਲੱਗਣੀਆਂ ਨੇ ਉਹਨੂੰ, ਤਾਂ ਗੁਰੂ ਮਹਾਰਾਜ ਆਪ ਨੂੰ ਜਿਹੜੀ ਫੀਤੀਆਂ ਹੁਣ ਲਗਾ ਰਿਹਾ ਉਹ ਲੱਗ ਜਾਣਗੀਆਂ। ਉਸ ਤੋਂ ਬਾਅਦ ਉਹਨੇ ਫਟਾਫਟ PC ਵੀ ਕਰ ਦਿੱਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮੈਨੂੰ ਕਲੀਨ ਚਿੱਟ ਮਿਲ ਗਈ ਹੈ। ਅਖੀਰ ਸੱਚ ਪਰੇਸ਼ਾਨ ਜ਼ਰੂਰ ਹੋ ਸਕਦਾ, ਕਦੇ ਹਾਰ ਨਹੀਂ ਸਕਦਾ। 16/5/2019 ਨੂੰ ਦਿੱਲੀ ਦੀ ਜੋ MM ਦੀ ਕੋਰਟ ਹੈ ਪਟਿਆਲਾ ਹਾਊਸ, ਉਸ ਦੇ ਵਿੱਚ ਮਾਨਣੀ ਜੱਜ ਸਾਹਿਬ ਨੇ ਸਾਰੇ ਫੈਕਟਸ ਦੇਖ ਕੇ, ਸਾਰੇ ਸਬੂਤ ਦੇਖ ਕੇ, ਉਸ ਜੋ ਪੁਲਿਸ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ ਉਸ ਨੂੰ ਡਿਸਮਿਸ ਵੀ ਕਰ ਦਿੱਤਾ। ਔਰ ਮੈਂ ਸਮਝਦਾ ਕਿ ਇਤਿਹਾਸ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਆਰਡਰ ਪਾਸ ਕੀਤਾ ਹੈ, 12 ਪੇਜ ਦਾ ਜਿਹੜਾ ਆਰਡਰ ਪਾਸ ਕੀਤਾ, ਅਗਰ ਉਸਨੂੰ ਕੋਈ ਪੜ੍ਹੇ, ਮੈਂ ਇਸ ਨੂੰ ਲੈ ਕੇ ਦਿੱਲੀ ਦੀ ਸਾਰੀ ਸਿੰਘ ਸਭਾਵਾਂ ਨੂੰ ਔਰ ਸਾਰੇ ਦਿੱਲੀ ਦੀ ਜਿਹੜੀ ਪ੍ਰਮੁੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਚਿੱਠੀ ਵੀ ਲਿਖੀ ਹੈ ਔਰ ਉਸਦੇ ਨਾਲ ਸਾਰਿਆਂ ਨੂੰ ਉਸ ਆਰਡਰ ਦੀ ਕਾਪੀ ਵੀ ਭੇਜੀ ਹੈ। ਜਿਤਨੀ ਵੀ ਦਿੱਲੀ ਦੀ ਸਿੰਘ ਸਭਾਵਾਂ ਪ੍ਰਮੁੱਖ ਸ਼ਖਸੀਅਤਾਂ ਨੇ ਸਭ ਨੂੰ ਮੈਂ ਆਰਡਰ ਦੀ ਕਾਪੀ ਪਲੱਸ ਇੱਕ ਚਿੱਠੀ ਲਿਖੀ ਹੈ ਕਿ ਉਹ ਆਪ ਉਸ ਆਰਡਰ ਨੂੰ ਪੜ੍ਹ ਕੇ ਫੈਸਲਾ ਕਰਨ ਕਿ ਮਾਨਣੀ ਜੱਜ ਸਾਹਿਬ ਦਾ ਦਰਦ ਕਿਸ ਤਰ੍ਹਾਂ ਉਸ ਆਰਡਰ ਦੇ ਵਿੱਚ ਝਲਕ ਰਿਹਾ। ਉਹਨਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਨਾਲ ਗੁਰੂ ਘਰ ਦੀ ਗੋਲਕ ਚੋਰੀਆਂ ਜਿਹੜੀਆਂ ਹੋਈਆਂ ਉਸ ਦੇ ਵਿੱਚ ਇਸ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਹੋਏਗੀ ਅਤੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਮੈਸੇਜ ਆਏਗਾ, ਉਹਨਾਂ ਦੇ ਸਾਹਮਣੇ ਖੜ੍ਹੇ ਹੋ ਕੇ ਪੁਰਾਣੇ ਜੱਜ ਸਾਹਿਬ ਦੇ ਸਾਹਮਣੇ ਇੱਕ IO ਕਹਿੰਦਾ ਕਿ ਬਿਲ ਆਰ ਫੋਰਸ, ਬਿਲ ਨਕਲੀ ਨੇ, ਲੇਕਿਨ ਉਸ ਦੇ ਬਾਵਜੂਦ ਵੀ ਜਿਹੜਾ ਕੇਸ ਕੀਤਾ ਜਾਂਦਾ ਉਹ ਰੈਲੇਵੈਂਟ ਸੈਕਸ਼ਨ 'ਤੇ ਨਹੀਂ ਕੀਤਾ ਜਾਂਦਾ, ਸਿਰਫ 420 'ਤੇ ਕਰ ਦਿੱਤਾ ਜਾਂਦਾ। ਐਟ ਪ੍ਰੈਜੈਂਟ ਜਦੋਂ 16/5/2019 ਤੋਂ ਪਹਿਲਾਂ 2 ਦਿਨ ਪਹਿਲਾਂ ਜਦੋਂ ਡੇਟ ਪਈ ਹੈ, 13 ਤਰੀਕ ਔਰ 15 ਤਰੀਕ, 1 ਮਹੀਨੇ ਦੇ ਵਿੱਚ 5 ਡੇਟਾਂ ਪਈਆਂ, 4/5/8/5, 13/5/15/5, 16/5, 16/5 ਨੂੰ ਆਰਡਰ ਆਉਂਦਾ, 13/5 ਨੂੰ ਕੰਸਰਨ ਥਾਣੇ ਦਾ ACP ਖੁਦ ਖੜਾ ਹੋ ਕੇ ਮੰਨਦਾ ਕਿ ਬਈ 409 ਤੋਂ ਲੱਗਣੀ ਚਾਹੀਏ ਥੀ, ਅਤੇ ਜੱਜ ਸਾਹਿਬ ਨੇ ਜਦੋਂ ਪੁੱਛਿਆ ਕਿ ਫਿਰ ਲਗਾਈ ਕਿਉਂ ਨਹੀਂ, ਉਸ ਤੋਂ ਉਹਨਾਂ ਨੂੰ ਸਾਰਿਆਂ ਦੀ ਪੁਲਿਸ ਦੀ ਸਾਰਿਆਂ ਦੀ ਮਨਸ਼ਾ ਨਜ਼ਰ ਆ ਗਈ। ਹਰ ਵਾਰੀ ਜਿੰਨੀ ਵੀ ਉਹਨਾਂ ਨੇ ਸਟੇਟਸ ਰਿਪੋਰਟ ਫਾਈਲ ਕੀਤੀਆਂ, ਭਾਵੇਂ DCP ਨੇ ਕੀਤੀ, ਭਾਵੇਂ ACP ਨੇ ਕੀਤੀ, ਭਾਵੇਂ IO ਨੇ ਕੀਤੀ, ਉਹ ਸਾਰੀਆਂ ਜਿਹੜੇ ਵਿੱਚ ਪਰੂਫ ਸੀ, ਜਿਹੜੇ ਐਵੀਡੈਂਸ ਸੀ, ਉਸ ਤੋਂ ਉਲਟ ਸੀ। ਔਰ ਉਹ ਪਰੂਫ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਡੇ ਕੋਲ ਸ਼ਾਇਦ ਘੱਟ ਸੀ। IO ਨੇ ਜੋ ਪੇਪਰ ਡਾਕੂਮੈਂਟ ਜੋ ਸੀਜ਼ ਕੀਤੇ ਦਿੱਲੀ ਗੁਰਦੁਆਰਾ ਕਮੇਟੀ ਤੋਂ, ਜਿਹੜੀ ਉਹਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ 974 ਪੇਜ ਦੀ, ਉਸ ਦੇ ਵਿੱਚ ਉਹ ਸਾਰੇ ਡਾਕੂਮੈਂਟਸ ਲੱਗੇ ਹੋਏ ਸੀ।
बस गुरु की कृपा यह रही कि उस 974 के विचों 250-300 जो पे सन पंजाबी भी सन आई उत्थे ही गलती कर गया या गुरु महाराज ने उस को आप सारा काम ठीक करवाना सी उस गलती दे विचों जड़े पेपर उसने फाइल किए कोर्ट दे विचों ट्रांसलेशन उन्हां दी नहीं हुई सी लेकिन जदों असी उह सारी क्लोजर रिपोर्ट नूं पढ़ी उस पढ़न तो बाद असी उन्हां दी ट्रांसलेशन जज साहब दे अगे रखी तो हर साड़ी जो एलीगेशन सन वह आप ही पेपर बोल रहे सन जो वोचर नंबर मैं कह रहा सी जिन्ना अमाउंट मैं कह रहा सी जड़ी डेट मैं दसी उस डेट नूं लिखे होया सी कि वोचर नंबर 3468 दे अगेंस्ट रुपया 51,57,73.20 एक्सिस बैंक की पंजाबी बाग शाखा दे विच इस अकाउंट नंबर ही भेजे और उस दे विच एक एक चीज ने फैक्ट सारे फैक्ट्स ने क्लीयर कर दिता कि यह आरोप ने जड़े बिल्कुल सच ने और अज तो बाद इस दिन अनुरूप केस भी चलेगा और कार्रवाई होएगी असी जज साहब को डिमांड्स की थी कि रेलीवेंट सैक्शन भी लगने चाहिए है इस सारे ऑर्डरस नूं लैके जो मेन ऑर्डर जज साहब ने किया उस दे विच उन्हां ने जो दिल्ली के पुलिस कमिश्नर हैं उन्होंने कहा कि अज तो बाद इस केस नूं तुसी मोनीटर करो और जॉइंट सीपी जॉइंट कमिश्नर लेवल का अफसर हर 15 दिन बाद कोर्ट के अपनी जो रिपोर्ट है फाइल कराया करेगा सवाल इस गल का है कि कई बार कई कोर्ट बाउंडेशन होंगे हर कोर्ट की अपनी अपनी सीमावं होंगे कि किस हद तक कि ऑर्डर पास कर सकती हैं या अगे हाई कोर्ट कि ऑर्डर पास कर सकती है सैशन कि कर सकती है या सुप्रीम कोर्ट कि कर सकती है कहने का भाव है कि जड़े रेलीवेंट सैक्शन और जड़ी क्राइम के इस केस में ट्रांसफर कर इन्वेस्टिगेशन ट्रांसफर करने की जी मंग है उसको लैके असी पुलिस कमिश्नर कल 11:30 मुलाकात की बड़े ही अच्छे ढंग 25 मिनट लगभग उन्होंने साडे नाल गलबात करके सारे फैक्ट समझा ये असी एक मांग पत्र उन्होंने दिता इस मांग पत्र दे विच असी हर चीज़ नू क्लीयर किया पूरे 9 पेज की असी अपनी जी सारी कार्रवाई जो कोर्ट दे विच हुई जो अज तक स्टेटस रिपोर्ट पुलिस वालों फाइल हुई जो क्लोजर रिपोर्ट दे विच फैक्ट सी सारे असी इस मांग पत्र रखे और लगभग 209 पेज असी पुलिस कमिश्नर नूं सौंपे जिस दे विच अज तक की सारी कोर्ट की कार्रवाई सारे एविडेंस हर चीज़ नूं क्लीयर करके लगाया और कमिश्नर साहब नूं असी इस गल नूं समझाया कि यह कोर्ट के ऑर्डर सन जिस दे विच उन्होंने पुलिस की भूमिका नूं भी सीधा सीधा साफ तौर पर दागी किया है और दस्या है कि किस तरह पुलिस हैंड इन ग्लव्स है जो कंप्लेनेंट बार बार कह रहा है एक्यूज परसन के नाल इस करके मैं समझता कि जी सा कल डिमांड सी दिल्ली की प्रमुख शख्सियतों नाल लैके उसनों बड़े सुंदर ढंग के माननीय जो कमिश्नर अमूल्य पटनायक जी उन्होंने भी सुनिया उस तो पहले उन्होंने SO साहब राजीव रंजन ने 15 मिनट उन्होंने भी साड़ी गल ध्यान सुनिया और पुलिस कमिश्नर साहब ने सानू इस गल की एश्योरेंस एक तरीके दी कि मैं इस केस में स्टडी करके जल्द तो जल्द जो भी ये एक्शन होएगा उस पर करा पर मैं समूह साध संगत में एक गल जरूर सांझ पानी चाहवागा कि इस जो भी इस केस के मुतलक जिथे तक भी दास नूं जाना पिया भावें जड़े रेलीवेंट सैक्शन जड़े 409 ACP ने कहा कि लगनी चाहिए है 467 468 471 120B और ब्लैक मनी का 51 ब्लैक मनी एक्ट ये सारे इस केस विच लगनगे और मैं इस नूं लगवा के रवांगा और जड़ी साड़ी डिमांड है सब तो प्रमुख कि आज तो बाद इस थाने दे विच इस पुलिस दे अगे नॉर्थ एवेन्यू की पुलिस के अगे ये केस की इन्वेस्टिगेशन ना हो इस नूं क्राइम विच ट्रांसफर किया जाए 3-6 नवी जी कोर्ट की हेयरिंग की डेट है अगर उस डेट के उत्ते जो भी फैसले आएंगे उसनों सारा स्टडी करन तो बाद अगर सानू हाई कोर्ट की सुप्रीम कोर्ट भी जाना पिया हिंदुस्तान के राष्ट्रपति को भी जाना पिया मैं इस अंजाम इस तक पहुँचा के रहांगा मकसद सिर्फ और सिर्फ एक है गुरु घर की गोलक की चोरी जो मनजीत सिंह जीके ने की उसू उस अंजाम तक पहुँचा के आने वाली पीढ़िया तक सारे इसनों एक तरह का मैसेज देना कि जो गुरु घर की गोलक की चोरी करेगा गुरु घर की गोलक का खाण करेगा गुरु घर की मर्यादावां का उलंघन करेगा उसू अज नहीं तो कल अपने अंजाम भुगतना पेगा वाहिगुरू जी का खालसा वाहिगुरू जी की फतह जेकर तुहानू साडा इह उपराला चंगा लगा है तो इसनों लाइक करो शेयर करो और साडे यूट्यूब चैनल सबसक्राइब करो।